वाहिगुरु जी का खालसा, वाहिगुरु जी की फतेह। मैं अपने आप को वैसे बहुत भाग्यशाली समझती हूँ कि वापस उन परिवारों से जुड़ने का मौका मिला कि जिनके पूर्वजों ने हमारे पूर्वजों के लिए तब बड़े बलिदान दिए थे। ये लोटबंदी पिंड है जिसके पूरे पिंड को ही जिलावदन कर दिया था अंग्रेज़ों ने। अब जब मुझे इनके बारे में पता पड़ा, मैं समझती थी जिलावदन मतलब एक जगह से उन्हें दूसरी जगह शिफ्ट कर दिया, पर जब मुझे डिटेल में पता पड़ा तो ये था कि जिलावदन में उन लोगों के जिन लोगों को जिलावदन किया था उनके सामने पूरे पिंड उनके सामने उनके घर, उनके डंगर, उनके पूरे घर का सामान सब एक एक चीज़ नीलाम कर दी, तो उन्होंने खाली हाथ वहाँ से भेजा था। तो आज एक बहुत बड़ी बात है, आप किसी के लिए अपने राजा के लिए इतनी बड़ी कुर्बानी दे सकें। और मुझे नहीं लगता, मतलब आज जैसे मेरा घर है, मैं एक एक चीज़ अपनी जोड़ती हूँ, उसको मेरे सामने नीलाम करा जाएगा तो कैसे लगता है। तो उस टाइम क्या जज्बा रहा होगा लोगों को कि अपने सामने अपनी ज़मीन जायदाद सब नीलाम हो गया लेकिन वो झुके नहीं। तो आज सबके दर्शन करके ये लगता है कि शायद इनके पूर्वजों के भी दर्शन हो गए। और जब इन्हें मैंने यहाँ बुलाया था सम्मान करने के लिए, उसके बाद आज ये पूरा पिंड वापस इकट्ठा होके आया है उस बात का थैंक यू बोलने के लिए। तो मुझे बहुत खुशी है कि जो मेरा मोटिव था उस टाइम सबको बुला के उस परिवार को सम्मान करने का, वो मैं सम्मान दे पाई। तो मुझे बहुत बहुत धन्यवाद उन सबका कि आज दोबारा यहाँ पर आके मिले, और बहुत अच्छा लगा। नहीं, मैं उनको बहुत धन्यवाद कहती हूँ अपनी तरफ से। पहली बार जब आए थे मैं उनसे मिल नहीं पाई क्योंकि मेरे पति बीमार थे उस टाइम, तो मैं यहाँ नहीं थी, पर अभी बहुत अच्छा लग रहा है मैं उनसे मिल पा रही हूँ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਅਤੇ ਜਿੱਦਾਂ ਤੁਸੀਂ ਵੇਖ ਰਹੇ ਹੋ ਇੱਧਰ ਜੈਤੋ ਮੋਰਚੇ ਲਈ ਸਾਡੇ ਫੈਮਿਲੀ ਦੇ ਲਈ ਲੱਗਿਆ ਸੀ ਜੈਤੋ ਮੋਰਚਾ, ਮਹਾਰਾਜਾ ਰਿਪੂਦਮਨ ਸਿੰਘ ਜੀ ਲਈ। ਉਸ ਮੋਰਚੇ 'ਚ ਜਿਹੜੇ ਸ਼ਹੀਦਾਂ ਸੀਗੇ ਉਹਨਾਂ ਦੇ ਪਰਿਵਾਰ ਅੱਜ ਹੀਰਾ ਮਹਿਲ ਆਏ ਨੇ, ਅਤੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਪਾਂ ਉਹਨਾਂ ਨੂੰ ਹੀਰਾ ਮਹਿਲ ਬੁਲਾ ਸਕੇ ਅਤੇ ਆਪਾਂ ਉਹਨਾਂ ਤੋਂ ਮਿਲ ਸਕੇ। ਤੋ ਅੰਗਰੇਜ਼ ਹਕੂਮਤ ਨੇ 7 ਜੁਲਾਈ 1923 ਨੂੰ ਇਹ ਹੁਕਮ ਜਾਰੀ ਕੀਤਾ ਮਹਾਰਾਜਾ ਸਾਹਿਬ ਜੀ ਨੂੰ ਗੁਰਗੱਦੀ, ਜਿਹੜੀ ਇਹ ਗੱਦੀ ਸੀ ਮਹਾਰਾਜਾ ਨਾਭਾ ਰਿਆਸਤ ਦੀ, ਉਹ ਤੋਂ ਲਾਹੁਣ ਦਾ। ਔਰ ਇੱਕੇ ਦਿਨ ਵਿੱਚ ਹੀ ਇਹ ਫੈਸਲਾ ਲੈ ਕੇ 3 ਲੱਖ ਜੋ ਭੱਤਾ ਸੀਗਾ ਗੁਜ਼ਾਰਾ ਭੱਤਾ ਦੇ ਕੇ 9 ਜੁਲਾਈ ਨੂੰ ਦੇਹਰਾਦੂਨ ਭੇਜ ਦਿੱਤਾ ਗਿਆ ਸੀ। ਸੋ ਇਹਨਾਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਇਸ ਖਾਨਦਾਨ ਦੀਆਂ, ਅਸੀਂ ਕਦੇ ਵੀ ਭੁਲਾ ਨਹੀਂ ਸਕਦੀ ਸਿੱਖ ਕੌਮ, ਕਦੇ ਵੀ ਦੇਣ ਨਹੀਂ ਦੇ ਸਕਦੇ। ਹਾਂਜੀ, ਅੱਜ ਨਗਰ ਲੋਹਟਵਦੀ ਦੇ ਵਿੱਚੋਂ ਜਿੱਥੇ ਮਹਾਰਾਜਾ ਸਾਹਿਬ ਦਾ, ਮਹਾਰਾਜਾ ਹੀਰਾ ਸਿੰਘ ਜੀ ਦਾ ਐਡਾ ਵੱਡਾ ਪਿਆਰ ਉਸ ਨਗਰ ਦੇ ਨਾਲ, ਕਿਉਂਕਿ ਸਾਡੇ ਇਲਾਕੇ ਦੇ ਵਿੱਚੋਂ ਤਕਰੀਬਨ 15 ਜ਼ਿਲ੍ਹਾ ਵਤਨ ਹੋਏ, ਉਹਨਾਂ ਵਿੱਚੋਂ 11 ਇਸ ਨਗਰ ਦੇ ਜ਼ਿਲ੍ਹਾ ਵਤਨ ਸਨ। ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ, ਸੰਤ ਸਿਪਾਹੀ ਮਹਾਂਪੁਰਖ, ਮਹਾਨ ਜਪ ਤਪ ਦੇ ਮਾਲਕ ਮਹਾਂਪੁਰਖ, ਜਿਹੜੇ ਇਸ ਖਾਨ ਦੇ ਨਾਲ ਖਾਨਦਾਨ ਨਾਲ ਬੜਾ ਪਿਆਰ ਸੀ, ਉਸ ਨਗਰ ਦਾ ਸੰਤ ਬਾਬਾ ਧਿਆਨ ਸਿੰਘ ਜੀ ਦੀ ਕਮਾਈ, ਮਹਾਂਪੁਰਖਾਂ ਦੀ ਕਮਾਈ ਦੇ ਸਦਕਾ ਉਸ ਨਗਰ ਦੇ ਵਿੱਚ ਗੁਰਸਿੱਖੀ ਨਾਲ, ਮਹਾਰਾਜਾ ਸਾਹਿਬ ਨਾਲ ਇਹ ਪਿਆਰ ਸੀ। ਇਸ ਕਰਕੇ ਅੱਜ ਬਹੁਤ ਨਗਰ ਦੇ ਵਿੱਚੋਂ ਜਿਤਨੇ ਵੀ ਇਹ ਸਾਰੇ ਨਗਰ ਲੋਹਟਵਦੀ ਵਿੱਚੋਂ ਪਰਿਵਾਰ ਆਏ ਹਨ। ਪਿੰਡ ਇਹ ਨਾਭਾ ਰਿਆਸਤ ਦਾ ਇੱਕ ਪਰਗਨਾ ਸੀ, ਜਿਹੜੀ ਇਹਦੀ ਫੁੱਲ ਰਿਆਸਤ ਸੀ ਉਹ ਫੂਲ ਸੀ, ਅਤੇ ਮਹਾਰਾਜਾ ਹੀਰਾ ਸਿੰਘ ਜੀ ਨਾਲ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਲਗਾਅ ਸੀ। ਮਹਾਰਾਜਾ ਹੀਰਾ ਸਿੰਘ ਜੀ ਨੇ ਤਕਰੀਬਨ ਸਾਡੇ ਪਿੰਡ ਦੇ ਵਿੱਚ 20 ਖੂਹ ਲਗਵਾਏ ਆਪਦੇ ਕੋਲੋਂ ਸਹਾਇਤਾ ਦੇ ਕੇ, ਅਤੇ ਉਸ ਤੋਂ ਬਾਅਦ ਜਦੋਂ ਵੀ ਜਦੋਂ ਜੈਤੋਂ ਦਾ ਮੋਰਚਾ ਲੱਗਿਆ ਤਾਂ ਸਾਡੇ ਪਿੰਡ ਦੇ ਵਿੱਚੋਂ ਤਕਰੀਬਨ 17
ਜਿਹੜੇ ਸਿੰਘ ਸੀਗੇ ਉਹ ਗ੍ਰਿਫਤਾਰ ਹੋਏ। ਇੱਕ ਸਿੰਘ ਸ਼ਹੀਦ ਹੋਇਆ ਮਹਾਂ ਸਿੰਘ ਜੇਲ੍ਹ ਦੇ ਵਿੱਚ, ਅਤੇ ਉਸ ਤੋਂ ਬਾਅਦ ਜਦੋਂ ਵੀ ਮਹਾਰਾਜਾ ਰਵਿੰਦਰ ਸਿੰਘ ਜੀ ਨਾਲ ਖਾਸ ਪਿਆਰ ਕਰਕੇ ਆਮ ਆਉਣਾ ਜਾਣਾ ਸੀਗਾ, ਅਤੇ ਹੀਰਾ ਸਿੰਘ ਜੀ ਦਾ ਵੀ ਬਹੁਤ ਆਉਣਾ ਜਾਣਾ ਸੀ। ਸਾਡੇ ਜਿਹੜੀ ਇਹ ਰਿਆਸਤ ਸੀਗੀ, ਇਹਨੂੰ ਇੱਕ ਅਹਿਮ ਰਿਆਸਤ ਮੰਨਿਆ ਜਾਂਦਾ ਸੀਗਾ, ਨਾਭਾ ਰਿਆਸਤ ਦੀ। ਅਤੇ ਇਸ ਤਰ੍ਹਾਂ ਸਾਡੇ ਨਗਰ ਨਾਲ ਮਹਾਰਾਜ ਦਾ ਪਿਆਰ ਹੋਣ ਕਰਕੇ, ਅਤੇ ਅਸੀਂ ਵੀ ਇਸ ਜਿਹੜੇ ਸਾਡੇ ਜਿਹੜੇ ਪੁਰਖਿਆਂ ਦਾ ਇਹ ਸੰਬੰਧ ਸੀਗਾ ਰਿਆਸਤ ਨਾਲ, ਉਹਨੂੰ ਹੋਰ ਪੱਕਾ ਕਰਨ ਦੇ ਲਈ ਅਤੇ ਮਹਾਰਾਣੀ ਸਾਹਿਬ ਨੂੰ ਬੇਨਤੀ ਕੀਤੀ, ਇਹ ਸਾਡੇ ਨਗਰ ਗਏ। ਅਤੇ ਹੁਣ ਅਸੀਂ ਸਮੂਹ ਨਗਰ ਨਿਵਾਸੀ ਆਪਣੇ ਜਿਹੜੇ ਕੰਵਰ ਜੀ ਨੇ, ਅਤੇ ਮਹਾਰਾਣੀ ਸਭਾ ਦਾ ਮਾਣ ਸਨਮਾਨ ਕਰਨ ਦੇ ਲਈ ਇੱਥੇ ਪਹੁੰਚੇ। ਜਦ ਅਸੀਂ ਹਿਸਟਰੀ ਪੜ੍ਹਦੇ ਹਾਂ ਸਾਡਾ ਬਹੁਤ ਸੁਰੱਖਿਆ ਹੋ ਜਾਂਦਾ। ਮਹਾਰਾਜ ਸਾਹਿਬ ਦਾ ਇਤਨਾ ਪਿਆਰ ਸੀ ਸਾਡੇ ਪਿੰਡ ਨਾਲ, ਅਤੇ ਜਾਨਵਰ ਨੂੰ ਤਿਆਰ ਸੀ ਸਾਡੇ ਬਜ਼ੁਰਗ ਦੱਸਦੇ ਹੁੰਦੇ ਵੀ ਸਾਨੂੰ ਜਦ ਵੀ ਆਉਣਾ ਮਹਾਰਾਜ ਸਾਹਿਬ ਨੇ ਕਿਸੇ ਗੱਲ ਵੱਲੋਂ ਕਦੇ ਵੀ ਕੋਈ ਜਵਾਬ ਨਹੀਂ। ਨਹਿਰ ਦਾ ਪਾਣੀ ਸਾਨੂੰ ਵੱਧ ਦਿੱਤਾ ਹੋਇਆ ਸੀ, ਅਤੇ ਖੂਹ ਲੱਗੇ ਰਿਆਸਤ ਦੇ ਵਿੱਚ 45, ਜਿਹਦੇ 'ਚ 20 ਸਾਡੇ ਲੱਗੇ, ਇਹ ਪ੍ਰਾਪਤੀਆਂ ਨੇ ਜੀ। ਇਕੱਲੇ ਪਿੰਡ ਨੂੰ 20 ਮਿਲੇ, ਬਾਕੀਆਂ ਨੂੰ ਕਿਤੇ 4, ਕਿਤੇ 2। ਉਦੋਂ ਖੂਹ ਬਹੁਤ ਵੱਡੀ ਗੱਲ ਹੁੰਦੀ ਸੀ ਉਸ ਸਮੇਂ ਦੇ ਵਿੱਚ। ਜਦ ਹਿਸਟਰੀ ਪੜ੍ਹਦੇ ਹਾਂ ਅਸੀਂ ਇਹਨਾਂ ਬਜ਼ੁਰਗਾਂ ਦੀ ਮਹਾਰਾਜਾਂ ਦੀ, ਅਤੇ ਸਿਰ ਉੱਚਾ ਹੁੰਦਾ ਜੀ। ਅਸੀਂ ਬਹੁਤ ਖੁਸ਼ ਹਾਂ ਇਸ ਗੱਲ ਦੇ ਵਿੱਚ, ਅੱਜ ਅਸੀਂ ਖੁਸ਼ੀ ਪ੍ਰਾਪਤ ਕਰਨਾ ਆ। ਕਬਰ ਨੂੰ ਸਨਮਾਨਿਤ ਕਰਨਾ ਸੀ, ਸਾਡੇ ਮਨ ਦੇ ਵਿੱਚ ਇਹ ਸੀਗਾ ਵੀ ਸ਼੍ਰੀ ਸਾਹਿਬ ਨਾਲ ਸਨਮਾਨਿਤ ਕੀਤਾ ਜਾਵੇ, ਸਾਰੇ ਨਗਰ ਬਣੇ। ਤੁਹਾਡੇ ਬਜ਼ੁਰਗਾਂ ਦਾ ਕੀ ਯੋਗਦਾਨ ਰਿਹਾ? ਹਾਂਜੀ, ਤੁਹਾਡੇ ਬਜ਼ੁਰਗਾਂ ਦਾ ਕੀ ਯੋਗਦਾਨ ਰਿਹਾ ਇਸ ਮੋਰਚੇ 'ਚ, ਜੈਤੋਂ ਦੇ ਮੋਰਚੇ 'ਚ? ਸਾਡੇ ਬਜ਼ੁਰਗਾਂ ਦਾ ਕੋਈ ਨਹੀਂ ਸੀਗਾ ਜੀ, ਸਾਡੇ ਸਾਰੇ ਪਿੰਡ ਦੇ ਹੀ ਸੀਗਾ ਜੀ, ਕਿਉਂਕਿ ਪਿੰਡ ਸਾਰੇ ਸਾਡੇ ਇੱਕ ਪਾਸੇ ਸੀ। ਦੇਖੋ ਮੋਰਚਾ ਤਾਂ ਲੱਗਿਆ ਹੋਇਆ ਸੀ, ਲੇਕਿਨ ਮੋਰਚੇ ਦੇ ਵਿੱਚ ਸਾਡੇ ਪਿੰਡ ਨੂੰ ਕੀ ਗਿਣਿਆ ਜਾਂਦਾ ਸੀਗਾ ਵੀ ਨੋਟਬੰਦੀ ਦਾ ਕੋਈ ਬੰਦਾ ਮਾਫ਼ੀ ਮੰਗੇ। ਜਾਂ 11ਵਾਂ ਜੱਥਾ ਗਿਆ ਜੀ, ਉਹਦੇ ਵਿੱਚ ਸਾਡੇ 3 ਜਾਂ 4 ਸਿੰਘ ਸੀ। ਜਾਂ ਪਤਾ ਲੱਗਿਆ ਪੁਲਿਸ ਨੂੰ ਵੀ ਨੋਟਬੰਦੀ ਦੇ 4 ਬੰਦੇ ਇਹਦੇ ਵਿੱਚ 11ਵੇਂ ਜੱਥੇ 'ਚ, ਤਾਂ ਉੱਥੋਂ ਜਾ ਕੇ ਲਹਿਦਾ ਕਰ ਲਿਓ, ਅਤੇ ਉਹਨਾਂ 'ਤੇ ਕੁੱਟਮਾਰ ਹੋਣ ਲੱਗੇ। ਅਤੇ ਕੀ ਕਹਿੰਦੇ ਸੀ ਵੀ ਤੁਸੀਂ ਮਾਫ਼ੀ ਮੰਗੋ? ਉਹ ਕਹਿੰਦੇ ਵੀ ਮਾਫ਼ੀ ਨਹੀਂ ਮੰਗਣੀ ਕਿਸੇ ਅੱਗੇ ਮੁੱਦੇ ਸੀ। ਭਾਵ ਕੀ ਸੀ, ਸਾਡੇ ਪਿੰਡ 'ਤੇ ਖਾਸ ਕਰਕੇ ਲਿਆ ਰੱਖੀ ਜਾਂਦੀ ਸੀਗੀ ਨੋਟਬੰਦੀ 'ਤੇ, ਅਤੇ ਸਾਡੇ ਲੋਕਾਂ ਨੂੰ ਇੰਨਾ ਸੀਗਾ ਵੀ ਮਹਾਰਾਜ ਦੇ ਪਿੱਛੇ ਅਸੀਂ ਕੁਛ ਵੀ ਕਰ ਸਕਦੇ ਜੀ, ਸਾਨੂੰ ਮਰ ਮਿਟਣ ਸਾਈਂ ਗਏ ਆ। ਹੁਣ ਅੱਜ ਵੀ ਅਸੀਂ ਪਿਆਰ ਕਰਦੇ ਹਾਂ ਜੀ, ਕਿਉਂਕਿ ਬਜ਼ੁਰਗਾਂ ਨੇ ਜੋ ਕੁਝ ਦੱਸਿਆ ਸਾਨੂੰ, ਅਸੀਂ ਉਹ ਸੁਣ ਕੇ ਬਹੁਤ ਖੁਸ਼ ਹੁੰਦੇ ਹਾਂ ਵੀ ਸਾਨੂੰ ਆਹ ਵੀ ਦਿੱਤਾ ਮਹਾਰਾਜ ਨੇ, ਆਹ ਵੀ ਦਿੱਤਾ ਮਹਾਰਾਜ ਨੇ। ਇਹਨਾਂ ਗੱਲਾਂ ਨੂੰ ਦੇਖ ਕੇ ਅੱਜ ਅਸੀਂ ਫਿਰ ਸਨਮਾਨਿਤ ਕਰਨ ਆਇਆ ਕੌਰ ਜੀ। ਤੁਸੀਂ ਪੁਰਾਤਨ ਮਹਿਲ ਵਿੱਚ ਪਹੁੰਚੋਗੇ, ਹਾਂਜੀ, ਕਿਸ ਤਰ੍ਹਾਂ ਦੇਖ ਰਹੇ ਹੋ? ਬਹੁਤ ਵਧੀਆ ਦੇਖ ਰਹੇ ਹਾਂ, ਕਿਉਂਕਿ ਇਹ ਚੀਜ਼ਾਂ ਨੇ ਜਿਹੜੀਆਂ ਬਣੀਆਂ ਹੋਈਆਂ, ਇਹ ਤਾਂ ਅਸੀਂ ਵਿਸਾਰ ਹੀ ਦਿੱਤੀਆਂ। ਇਹ ਵੀ ਸ਼ੁਕਰ ਹੈ ਜਿਹੜਾ ਤਿਆਰ ਹੋਣ ਲੱਗ ਗਿਆ, ਇਹ ਬਹੁਤ ਵਧੀਆ ਸੋਚੀ, ਨਹੀਂ ਤਾਂ ਬਿਲਕੁਲ ਢਹੀ ਜਾਂਦੀਆਂ ਨੇ ਸਾਰੇ ਸਾਡੇ ਕੀ ਹਾਲ ਹੋ ਰਿਹਾ। ਸਰਕਾਰ ਦਾ ਤਾਂ ਕੋਈ ਲਗਾ ਨਹੀਂ ਨਾ ਇਹਨਾਂ ਗੱਲਾਂ 'ਚ, ਨਿਸ਼ਾਨੀ ਤਾਂ ਆਖਰੀ ਉਹ ਟੈਟੇਗਰੀ ਹੋ ਜਾਣੀ। ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਚੰਗੀ ਗੱਲ ਹੋ ਗਈ ਜੀ, ਜਿਹੜਾ ਆ ਕੇ ਤਿਆਰ ਕਰਵਾ ਰਹੇ, ਬਹੁਤ ਖੁਸ਼ੀ ਦੀ ਗੱਲ ਹੈ।